ਆਪ ਸਭ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਇੱਕ ਨਵੇਂ ਪੱਤਰ ਬਾਰੇ ਜੋ ਕਿ 6ਵੇਂ ਪੇ ਕਮਿਸ਼ਨ ਦੇ ਨਾਲ ਸੰਬੰਧਿਤ ਹੈ ਔਰ ਇਹ ਨਵਾਂ ਪੱਤਰ ਜਿਹੜਾ ਹੈ 142022 ਨੂੰ ਇਸ਼ੂ ਕੀਤਾ ਗਿਆ ਔਰ ਇਸ ਬਾਰੇ ਲਗਾਤਾਰ ਜਿਹੜੇ ਨੇ ਕਮੈਂਟਸ ਤੇ ਸਵਾਲ ਆ ਰਹੇ ਨੇ ਕਿ ਇਸ ਪੱਤਰ ਦਾ ਕੀ ਭਾਵ ਹੈ ਸੋ ਆਓ ਜਾਣਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਵੀ ਜ਼ਰੂਰ ਦਬਲਿਓ ਸੋ ਦੋਸਤੋ ਹੁਣ ਚਲਦੇ ਹਾਂ ਉਸ ਪੱਤਰ ਵੱਲ ਕਿ ਇਸ ਪੱਤਰ ਦੇ ਵਿੱਚ ਪੰਜਾਬ ਸਰਕਾਰ ਨੇ ਵਿੱਤ ਵਿਭਾਗ ਨੇ 6ਵੇਂ ਪੇ ਕਮਿਸ਼ਨ ਦੇ ਨਾਲ ਸੰਬੰਧਿਤ ਇੱਕ ਨਵਾਂ ਪੱਤਰ ਜਾਰੀ ਕਰਕੇ ਕੀ ਅਮੈਂਡਮੈਂਟ ਕੀਤੀ ਹੈ ਜਾਂ ਫਿਰ ਕਿਹੜੇ ਨਵੇਂ ਨਿਯਮ ਜਿਹੜੇ ਨੇ ਉਹ ਲਾਗੂ ਕੀਤੇ ਨੇ ਪੇ ਕਮਿਸ਼ਨ ਨੂੰ ਲੈ ਕੇ ਮਲਾਜ਼ਮਾਂ ਦੀ ਤਨਖਾਹਾਂ ਨੂੰ ਲੈ ਕੇ ਜੇਕਰ ਇਸ ਪੱਤਰ ਨੂੰ ਦੋਸਤੋ ਦੇਖਿਓ ਜੋ ਕਿ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਸ ਪੱਤਰ ਦੇ ਵਿੱਚ ਅਸਲ ਦੇ ਵਿੱਚ ਕਲੈਰੀਫਿਕੇਸ਼ਨ ਦਿੱਤੀ ਗਈ ਹੈ 3 11 2021 ਦੇ ਪੱਤਰ ਬਾਰੇ ਸੋ ਦੋਸਤੋ ਪਹਿਲਾਂ ਇਸ ਨੂੰ ਪੜ੍ਹ ਲੈਣੇ ਆ ਫਿਰ ਉਸ ਪੱਤਰ ਵਾਲ ਵੀ ਚੱਲਾਂਗੇ ਕਿ ਇਸ ਤੇ ਉਸ ਪੱਤਰ ਦਾ ਕੀ ਭਾਵ ਹੈ ਇੱਥੇ ਲਿਖਿਆ ਜੀ ਸੈਂਸ ਦੀ ਪੰਜਾਬ ਸਿਵਲ ਸਰਵਿਸੇਜ਼ ਰੂਲਸ 2021 ਹੈਵ ਬੀਨ ਮੇਡ ਐਪਲੀਕੇਬਲ ਫਰੋਮ 1 1 2016 ਇੱਥੇ ਲਿਖਿਆ ਹੈ ਕਿ ਜਿਹੜੇ ਨਿਯਮ ਨੇ ਪੰਜਾਬ ਸਿਵਲ ਸਰਵਿਸੇਜ਼ ਰੂਲਸ ਦੇ ਰਿਵਾਈਸ ਪੇ ਰੂਲਸ ਨੇ ਉਹ 1 1 16 ਤੋਂ ਲਾਗੂ ਨੇ ਸੋ ਇਸ ਕਰਕੇ ਜਿਹੜੇ ਕਰਮਚਾਰੀ 1 1 2016 ਨੂੰ ਤੇ ਜਾਂ ਫਿਰ ਇੱਕ ਇੱਕ 2016 ਤੋਂ ਬਾਅਦ ਜਿਹੜੇ ਭਰਤੀ ਹੋਏ ਨੇ ਜੁਆਇਨ ਕੀਤੇ ਨੇ ਵੱਖ-ਵੱਖ ਵਿਭਾਗਾਂ ਦੇ ਵਿੱਚ ਉਹਨਾਂ ਉੱਪਰ ਪੱਤਰ ਨੰਬਰ 9 ਮਿਤੀ 3 11 2021 ਜਿਹੜਾ ਹੈ ਉਸ ਦਾ ਪੈਰਾ 2 ਲਾਗੂ ਨਹੀਂ ਹੁੰਦਾ ਸੋ ਦੋਸਤੋ ਇੱਥੇ ਹੀ ਇਸ ਪੱਤਰ ਨੂੰ ਖਤਮ ਕਰ ਦਿੱਤਾ ਗਿਆ ਇਹ ਕਹਿ ਦਿੱਤਾ ਗਿਆ ਕਿ 3 11 2021 ਦਾ ਜਿਹੜਾ ਪੱਤਰ ਹੈ 9 ਨੰਬਰ ਉਸ ਦਾ ਜਿਹੜਾ ਪੈਰਾ ਨੰਬਰ 2 ਹੈ ਉਹ ਉਹਨਾਂ ਮੁਲਾਜ਼ਮਾਂ ਤੇ ਲਾਗੂ ਨਹੀਂ ਹੁੰਦਾ ਜਿਨ੍ਹਾਂ ਦੀ ਭਰਤੀ 11 2016 ਜਾਂ ਫਿਰ 11 2016 ਤੋਂ ਬਾਅਦ ਹੋਈ ਹੈ ਸੋ ਦੋਸਤੋ ਹੁਣ ਸਿੱਧਾ ਚੱਲਦੇ ਹਾਂ ਉਸ ਪੱਤਰ ਵੱਲ ਜੋ ਕਿ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ 3 11 2021 ਦਾ ਇਹ ਉਹ ਪੱਤਰ ਹੈ جس بارے جڑا ہے ایک کلیرفیکیشن دتی ہے ਵਿੱਤ ਵਿਭਾਗ ਨੇ ਪੀ ਕਮਿਸ਼ਨ ਨੂੰ ਲੈ ਕੇ 6 ਪੀ ਕਮਿਸ਼ਨ ਦੀ ਜਿਹੜੀਆਂ ਸਿਫਾਰਸ਼ਾਂ ਨੇ ਉਸ ਤੋਂ ਲੈ ਕੇ ਕਿ ਕਿਹੜਾ ਇਹ ਜਿਆ ਪੈਰਾ ਆ ਜਾਂ ਕਿਹੜੀ ਇਹ ਕੰਡੀਸ਼ਨ ਹੈ ਜਿਹੜੀ ਕਿ 1-1 2016 ਤੇ ਇਸ ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਲਾਗੂ ਨਹੀਂ ਹੁੰਦੀ ਸੋ ਪੈਰਾ ਨੰਬਰ 2 ਪੜਦੇ ਇਸ ਪੱਤਰ ਦਾ ਜੋ ਕਿ 3-11-2021 ਦਾ ਪੱਤਰ ਹੈ ਤੇ ਇਹ ਲਿਖਿਆ ਹੈ ਕਿ ਇਟ ਇਜ਼ ਕਲੈਰੀਫਾਈਡ ਥੈਟ ði ਕੇਸਿਸ ਵੇਰ ði ਗਵਰਨਮੈਂਟ empioyee ਹੈਜ਼ ਆਲਰੈਡੀ ਬੀਨ ਪਲੇਸਡ ਇਨ ði ਹਾਇਰ ਸਕੀਲਜ਼ ਬੀਟਵੀਨ 1-1 16 ਤੇ ਇਸ ਪੱਤਰ ਦੇ ਜਾਰੀ ਹੋਣ ਦੀ ਮਿਤੀ ਜੋ ਕਿ ਹੈ 29 2021 ਦੀ ਗਵਰਨਮੈਂਟ EMPLOYEES ਸ਼ੈਲ ਹੈਵ ਦਾ ਆਪਸ਼ਨ ਟੂ ਸਵਿਚ ਓਵਰ ਟੂ ਦਾ ਰਿਵਾਈਜ਼ ਪੇ ਸਟ੍ਰਕਚਰ ਫਰਮ ਦਾ ਡੇਟ ਆਫ ਪ੍ਰੋਮੋਸ਼ਨ ਦੋਸਤੋ ਪੰਜਾਬ ਸਰਕਾਰ ਵੱਲੋਂ ਇਹ ਜਿਹੜੀ ਸਹੂਲਤ ਇਹ ਆਪਸ਼ਨ ਦਿੱਤਾ ਗਿਆ ਸੀ ਕਿ ਕੋਈ ਕਰਮਚਾਰੀ ਚਾਹੇ ਤਾਂ ਇੱਕ ਇੱਕ 2016 ਤੋਂ ਆਪਣੀ ਤਨਖਾਹ ਦੇ ਲਈ ਆਪਸ਼ਨ ਦੀ ਮਿਤੀ ਦੇ ਸਕਦਾ ਹੈ ਯਾਨੀ ਕਿ ਕਹਿਣ ਦਾ ਭਾਵ 2.25 ਦਾ ਫੈਕਟਰ 2.95 ਦਾ ਫੈਕਟਰ ਦੀ ਜਿਹੜੀ ਚੋਣ ਹੈ ਉਹ ਇੱਕ ਇੱਕ 16 ਤੋਂ ਵੀ ਕਰ ਸਕਦਾ ਹੈ ਜਾਂ ਫਿਰ ਇੱਕ ਇੱਕ 16 ਤੋਂ ਬਾਅਦ ਜਦੋਂ ਉਸ EMPLYEE ਦੀ ਪ੍ਰਮੋਸ਼ਨ ਹੋਈ ਹੈ ਚਾਹੇ ਉਹ 2018 'ਚ ਹੋਈ ਹੈ 2019 'ਚ ਹੋਈ ਹੈ 2020 ਦੇ ਵਿੱਚ ਹੋਈ ਹੈ ਕਹਿਣ ਦਾ ਭਾਵ ਕਿ ਜੇਕਰ ਕਿਸੇ ਕਰਮਚਾਰੀ ਦੀ ਪ੍ਰਮੋਸ਼ਨ 16 ਤੋਂ ਬਾਅਦ ਹੁੰਦੀ ਹੈ ਤਾਂ ਉਹ ਉੱਥੇ ਵੀ ਆਪਸ਼ਨ ਦੇ ਸਕਦਾ ਹੈ ਬੇਸ਼ਰਤੇ ਅਗਰ ਜਿਹੜਾ ਇਸ ਪੱਤਰ ਦੇ ਵਿੱਚ ਕਲੈਰੀਫਿਕੇਸ਼ਨ ਹੁਣ ਆ ਗਈ ਹੈ ਕਿ ਉਹ 1-1 16 ਤੋਂ ਬਾਅਦ ਭਰਤੀ ਨਹੀਂ ਹੋਣਾ ਚਾਹੀਦਾ ਯਾਨਕਿ ਸਿੱਧਾ ਜਾਂ ਮਤਲਬ ਇਹੀ ਹੈ ਕਿ ਜਿੰਨਾ ਮੁਲਾਜ਼ਮਾ ਦੀ ਭਰਤੀ 1-1 2016 ਜਾਂ ਫਿਰ ਇਸ ਤੋਂ ਬਾਅਦ ਹੋਈ ਹੈ ਜੇਕਰ ਭਵਿਕ ਦੇ ਵਿੱਚ ਉਹਨਾਂ ਦੀ ਪ੍ਰਮੋਸ਼ਨ ਹੁੰਦੀ ਹੈ ਤਾਂ ਉੱਥੇ ਉਹ ਆਪਣਾ ਜਿਹੜਾ ਫੈਕਟਰਾਂ ਦੇ ਨਿਚੋਣ ਨਹੀਂ ਕਰ ਸਕਦੇ ਪ੍ਰਮੋਸ਼ਨ ਦੀ ਮਿਤੀ ਤੋਂ ਉਹ অপਸ਼ਨ ਨਹੀਂ ਦੇ ਸਕਦੇ 2.25 ਦਾ ਫੈਕਟਰ 2.99 ਦਾ ਫੈਕਟਰ ਜਿਹੜਾ ਇਸ ਦੀ ਚੋਣ ਉਹ ਨਹੀਂ ਕਰ ਸਕਦੇ ਸਿਰਫ ਔਰ ਸਿਰਫ ਆਪਣੀ ਜਿਹੜੀ ਹੈ ਜੁਆਇਨਿੰਗ ਦੀ ਮੀਤੀ ਤੋਂ ਹੀ ਉਹ অপਸ਼ਨ ਐਕਸਰਸਾਈਜ਼ ਕਰ ਸਕਦੇ ਨੇ ਸੋ ਇਹ ਕਲੈਰੀਫਿਕੇਸ਼ਨ ਜਿਹੜੀ ਹੈ 1 4 2022 ਦੇ ਇਸ ਪੱਤਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵਿੱਤ ਵਿਭਾਗ ਵੱਲੋਂ ਦਿੱਤੀ ਗਈ ਹੈ ਸੋ ਦੋਸਤੋ ਇਹ ਸੀ ਉਹ ਨਵਾਂ ਪੱਤਰ ਜੋ ਕਿ ਵਿੱਤ ਵਿਭਾਗ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ ਸਿਰਫ ਇਹੀ ਇਹਦੇ ਵਿੱਚ ਕਲੈਰੀਫਿਕੇਸ਼ਨ ਦਿੱਤੀ ਗਈ ਹੈ ਕਿ ਜਿਹੜੀ ਫੈਕਟਰਾਂ ਦੀ ਚਾਹਣਾ ਹੈ ਇੱਕ ਇੱਕ 2016 ਤੇ ਇਸ ਤੋਂ ਬਾਅਦ ਪਰਤੀ ਮੁਲਾਜ਼ਮ ਪ੍ਰਮੋਸ਼ਨ ਦੀ ਮਿਤੀ ਤੋਂ ਨਹੀਂ ਦੇ ਸਕਦੇ ਇਸ ਤੋਂ ਇਲਾਵਾ ਦੋਸਤੋ ਪਵਿੱਖ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੀਆਂ ਕਲੈਰੀਫਿਕੇਸ਼ਨਾਂ ਤੇ ਪੱਤਰ ਜਿਹੜੇ ਨੇ ਉਹ ਜਾਰੀ ਹੁੰਦੇ ਰਹਿਣਗੇ ਪਰ ਅਸੀਂ ਲਗਾਤਾਰ ਤੁਹਾਨੂੰ ਇਸ ਬਾਰੇ ਅਪਡੇਟ ਕਰਦੇ ਰਵਾਂਗੇ ਆਸ ਕਰਦੇ ਹਾਂ ਦੋਸਤੋ ਕਿ ਅੱਜ ਦੀ ਵੀਡੀਓ ਤੇ ਅਪਡੇਟ ਵੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਤੇ ਆ ਰਹੀਆਂ ਵੀਡੀਓ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਸਾਨੂੰ ਸਪੋਰਟ ਕਰਨ ਦੇ ਲਈ ਚੈਨਲ ਵੀ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦਿਓ ਬਸ ਇਸੇ ਤਰ੍ਹਾਂ ਹੀ ਜ